ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਡੀ ਦੁਆ ਕਿ ਸਾਡੇ ਬਹਿਣ ਬੀਨ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਸਦਵਾਨਾ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਜੀ ਕਿ ਬਾਈ ਹੁਣੀ ਮੇਰੇ ਕੋਲ ਆਏ ਆ, ਸਾਰੇ ਬਹਿਣ ਬੀਨ ਨੂੰ ਜਾਣਦੇ ਆ, ਜਿਹਨੇ ਮੈਨੂੰ ਦੇਖਣ ਵਾਲੇ ਆ, ਸਪੋਰਟ ਕਰਨ ਵਾਲੇ ਆ। ਇਹਨਾਂ ਦੇ ਘਰ ਦਾ ਕੰਮ ਸ਼ੁਰੂ ਆ, ਔਰ ਕੱਲ੍ਹ ਪਰਸੋਂ ਵੀ ਇੱਕ ਇਹਨਾਂ ਦੀ ਵੀਡੀਓ ਬਣਾਈ ਸੀਗੀ, ਜਿਹਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਇਹਨਾਂ ਦੇ ਮਕਾਨ ਦੀ ਜਿਹੜੀ ਚਿਨਾਈ ਨਾ ਉਹ ਫਾਈਨਲ ਹੋ ਚੁੱਕੀ ਆ ਜੀ। ਹੁਣ ਇਹਨਾਂ ਦੀ ਛੱਤ ਵਾਸਤੇ ਰਿਕੁਐਸਟ ਕਰਨੀ ਸਾਰੇ ਬਹਿਣ ਬੀਨ ਅੱਗੇ ਕਿ ਜਿਹਦੇ ਵਿੱਚ ਛੱਤ ਦੇ ਵਿੱਚ ਅਮਰ ਭਾਈ ਦੀ ਜਿਹੜੀ ਫੈਮਿਲੀ ਹੈ, ਜਿਨ੍ਹਾਂ ਨੇ ਘਰ ਦਾ ਕੰਮ ਸ਼ੁਰੂ ਕਰਵਾਇਆ ਜੀ, ਉਹ ਵੀ ਹਿੱਸਾ ਲੈਣਗੇ ਆਪਣਾ ਜਿੰਨਾ ਉਹਨਾਂ ਕੋਲ ਹੋ ਸਕਿਆ। ਔਰ ਬਾਕੀ ਜਿਹੜੇ ਭੈਣ ਵੀ ਸਾਨੂੰ ਸਪੋਰਟ ਕਰਨ ਵਾਲੇ ਆ ਪਹਿਲੇ ਤੋਂ ਵੀ, ਉਹਨਾਂ ਅੱਗੇ ਵੀ ਰਿਕੁਐਸਟ ਆ, ਇਹਨਾਂ ਦੀ ਛੱਤ ਤਕਰੀਬਨ 1,25,000 ਦੇ ਵਿੱਚ ਇਹਨਾਂ ਦੀ ਛੱਤ ਪੈਣੀ ਹੈ ਜੀ। ਠੀਕ ਹੈ ਜੀ, ਦੋ ਮਕਾਨ ਆ, ਦੋ ਮਕਾਨਾਂ ਦੀ 1,20,000 ਤੋਂ 25,000-30,000 ਵਿੱਚ ਇਹਨਾਂ ਦੀ ਛੱਤ ਫਾਈਨਲ ਹੋਣੀ ਹੈ। ਅਤੇ ਸਾਰਿਆਂ ਅੱਗੇ ਰਿਕੁਐਸਟ ਹੈ ਜੀ ਕਿ ਥੋੜ੍ਹਾ ਥੋੜ੍ਹਾ ਕਰਕੇ ਜਾਂ ਇੱਕ ਹੀ ਫੈਮਿਲੀ ਕਰ ਲਵੇ ਜਾਂ ਥੋੜ੍ਹਾ ਥੋੜ੍ਹਾ 3-4 ਫੈਮਿਲੀ ਮਿਲ ਕੇ, ਮਿਹਰਬਾਨੀ ਹੋਏਗੀ ਕਿ ਇਸ ਘਰ ਦੀ ਨਵੀਂ ਜਿਹੜੀ ਛੱਤ ਨਾ ਜੀ ਉਹ ਕੰਪਲੀਟ ਕਰਵਾਉਣੀ। ਠੀਕ ਹੋ ਗਿਆ ਜੀ, ਸਮਾਨ ਬਾਹਰ ਲੰਬਿਆ, ਉੱਥੇ ਬਾਰਿਸ਼ਾਂ ਪੈਣ ਗਈਆਂ ਹੋਈਆਂ, ਕੰਮ ਕਾਰ ਵੀ ਘਰ ਛੱਡ ਕੇ ਬੈਠੇ ਨੇ। ਸਹੀ ਹੈ, ਕਿਉਂਕਿ ਵੱਡੇ ਭਾਈ ਦਾ ਸਮਾਨ ਉਹ ਸਾਰਾ ਹੀ ਬਾਹਰ ਪਿਆ ਹੈਗਾ, ਫਿਰ ਇਹ ਹੈ ਵੀ ਅਸੀਂ ਇਸੇ ਇੰਤਜ਼ਾਰ 'ਤੇ ਹੁੰਦੇ ਹਾਂ, ਨਾ ਕਿਸੇ ਨੂੰ ਜ਼ਿਆਦਾ ਮਜ਼ਦੂਰੀ ਦੀ ਗੱਲ ਕਰਦੇ ਹਾਂ ਵੀ ਅਗਰ ਕਿਸੇ ਨਾਲ ਅਸੀਂ ਮਜ਼ਦੂਰੀ 'ਤੇ ਜਾਈਏ ਤਾਂ ਹੋ ਸਕਦਾ ਮੇਰੇ ਸਾਡਾ ਕੋਈ ਸਮਾਨ ਹੈ। ਮਹੀਨਾ ਲੱਗਦਾ ਉੱਥੇ, ਫਿਰ ਮਜਬੂਰੀ ਵਿੱਚ ਆਹੀ ਆ ਕਿ ਸਾਨੂੰ ਇਹੀ ਪਿੱਛੋਂ ਆਉਂਦਾ ਵੀ ਜੇ ਅਗਰ ਕੋਈ ਸਾਡਾ ਸਮਾਨ ਆ ਗਿਆ ਤਾਂ ਫਿਰ ਸਾਨੂੰ ਵਾਪਸ ਮੰਗਣਾ ਪੈਣਾ। ਇਸ ਵਾਸਤੇ ਜਾਣ ਕੇ ਜਦੋਂ ਫਿਰ ਇੱਦਾਂ ਕਿਸੇ ਮੇਰੀਆਂ ਬਾਰਿਸ਼ਾਂ ਆਉਂਦੀਆਂ, ਕੰਮ ਤੇ ਵੀ ਨਹੀਂ ਜਾ ਸਕਦੇ, ਚਲੋ ਅਸੀਂ ਗੁਜ਼ਾਰਾ ਕੀਤੀ ਪਿਆ ਜਿੱਦਾਂ ਵੀ ਹੈਗੇ, ਤਾਂ ਬੱਬੀ ਗਰੀਬ ਦਾ ਸਮਾਨ ਬਾਹਰ ਪਿਆ, ਮੈਂ ਇੱਧਰ ਹੀ ਬਾਹਰ ਜਾ ਕੇ ਭੇਜਿਆ, ਮੈਂ ਇੱਧਰ ਹੀ ਭੇਜਿਆ। ਰਾਤੀ ਪਹਿਲੀ ਗੱਲ ਤਾਂ ਹਨੇਰੀ ਬਹੁਤ ਜ਼ਿਆਦਾ ਸੀਗੀ, ਹਨੇਰੀ ਇੰਨੀ ਜ਼ਬਰਦਸਤ ਹਨੇਰੀ ਸੀਗੀ, ਕੱਲ੍ਹ ਸਾਡੇ ਕੋਲ ਚੱਲੀ ਇੱਥੇ ਕਿ ਹੱਦ ਤੋਂ ਜ਼ਿਆਦਾ ਜੀ। ਉਸ ਤੋਂ ਬਾਅਦ ਫਿਰ ਸਾਰੀ ਰਾਤ ਬੱਦਲ ਇੱਦਾਂ ਰਹੇ ਆ ਕਿ ਮੈਂ ਕਹਿੰਦਾ ਪਤਾ ਨਹੀਂ ਕਿੰਨੀ ਕੁ ਬਾਰਿਸ਼ ਪੈਣੀ ਹੈ। ਸੁਬਹ ਵੀ ਬਹੁਤ ਜ਼ਿਆਦਾ ਬੱਦਲ ਸੀ, ਇਹ ਵੀ ਬਾਰਿਸ਼ ਇਹ ਚਲੋ ਵੀ ਇਹ ਹੋ ਗਿਆ ਵੀ ਥੋੜ੍ਹਾ ਜਿਹਾ ਨਾ ਬਚਾਅ ਹੋ ਗਿਆ ਉਹਦੇ ਵਿੱਚ ਵੀ ਬਾਰਿਸ਼ ਨਹੀਂ ਪਈ, ਅਗਰ ਬਾਰਿਸ਼ ਪੈਂਦੀ ਤਾਂ ਫਿਰ ਜਿਹੜੇ ਤੁਹਾਡੇ ਸਮਾਨ ਬਰਾਂਡੇ 'ਚ ਪਿਆ ਉਹ ਸਾਰਾ ਗਿਆ, ਪਰੇਸ਼ਾਨ ਸੀ ਉਹਦੇ ਵੱਲੋਂ, ਉਹ ਸਾਰਾ ਸਮਾਨ ਤੁਹਾਡਾ ਭੇਜਣਾ ਸੀ। ਰਾਤੀ ਬਹੁਤ ਜ਼ਿਆਦਾ ਬੱਦਲ ਸਾਡੇ ਕੋਲ ਆਏ ਹੋਏ ਸੀਗੇ ਜੀ, ਬਸ ਇਹੀ ਰਿਕੁਐਸਟ ਭਾਈਆਂ ਕੋਲ ਵੀ ਚਲੋ ਕਰ ਦੇਣ ਸਾਨੂੰ ਛੱਤਾਂ ਦਾ ਤਾਂ ਕਰ ਦੇਣ। ਸ਼ਾਮੀ ਆਉਣਾ ਸੀ ਤੁਹਾਡੇ ਕੋਲ, ਲੇਕਿਨ ਸ਼ਾਮੀ ਮੌਸਮ ਹੀ ਇੰਨਾ ਖਰਾਬ ਹੋ ਗਿਆ, ਸਾਨੂੰ ਇਹ ਟੈਨਸ਼ਨ ਬਣ ਗਈ ਵੀ ਇਹ ਨਾ ਹੋਵੇ ਸਾਡਾ ਸਮਾਨ, ਚਲੋ ਜਿਹੜਾ ਹੈ ਨਾ ਬੂਟੇ ਪੰਨੀਆਂ ਪੁੰਨੀਆਂ ਪਾ ਕੇ ਇੰਤਜ਼ਾਮ ਕਰਦੇ ਹਾਂ ਆਪਣਾ ਸਿੱਧਾ। ਬਾਕੀ ਹੁਣ ਜਿੱਥੇ ਆ ਗੋਡੀ ਕਰਨ ਲੱਗੇ ਹੋਏ ਸੀ, ਨਰਮੇ ਦੀ ਗੋਡੀ ਕਰ ਲਈ ਆ ਤੁਸੀਂ? ਗੋਡੀ ਮੁਕੰਮਲ ਹੋ ਗਈ ਆ ਜਿਹੜੀ, ਆਪਣਾ ਸਾਰਾ ਤਕਰੀਬਨ ਹੋ ਗਿਆ, ਛੱਤ ਦਾ ਰਹਿ ਗਿਆ, ਚਲੋ ਭੈਣ ਭਾਈ ਜਿਹੜਾ ਨਾ ਕੱਲ੍ਹ ਸਾਡੇ ਨਾਲ ਤਾਂ ਇਸ ਚੀਜ਼ ਦਾ ਸਾਡੀ ਵੀ ਟੈਨਸ਼ਨ ਜ਼ਰੂਰ ਹੋਈ। ਵੱਡੇ ਭਾਈ ਦਾ ਸਮਾਨ ਸਾਰਾ ਬਾਹਰ ਪਿਆ ਹੈਗਾ, ਸਾਨੂੰ ਉਹਦੀ ਬਹੁਤ ਪਰੇਸ਼ਾਨੀ ਹੋਈ। ਉਹ ਤਾਂ ਰਾਤੀ ਜਿੰਨੇ ਬੱਦਲ ਰਾਤੀ ਬਣੇ ਹੋਏ ਸੀਗੇ, ਬਹੁਤ ਜ਼ਿਆਦਾ ਬੱਦਲ ਬਣੇ ਸੀਗੇ ਬੱਦਲਾਂ ਦੇ ਵਿੱਚ। ਸੁਬਹਾ ਅੱਜ ਕੰਮ 'ਤੇ ਜਾਣਾ ਸੀ, ਮੌਸਮ ਦੇਖ ਕੇ ਅਸੀਂ ਫਿਰ ਲੇਟ ਗਏ ਹਾਂ। ਅੱਜ ਸਮਾਨ ਅੱਗੇ ਪਿੱਛੇ ਕਰਨਾ ਉਹ ਜਨਾਨੀਆਂ ਦਾ ਕੰਮ ਨਹੀਂ ਹੈਗਾ। ਅੱਜ ਵੀ ਬੱਦਲ ਹੁਣ ਹੋਏ ਆ, ਠੰਡਾ ਹੀ ਆ, ਸਵੇਰ ਦਾ ਸਾਡੇ ਕੋਲ ਮੌਸਮ ਠੰਡਾ ਹੀ ਆ ਜੀ ਅੱਜ, ਅਤੇ ਬਾਰਿਸ਼ਾਂ ਦੱਸੀਆਂ ਹੋਈਆਂ, ਦੇਖੋ ਵੀ ਕੀ ਬਣਦਾ ਬਾਰਿਸ਼ਾਂ ਦਾ।
ਹਲਕੀ ਹਲਕੀ ਭੂਰ ਆਈ ਸੀਗਾ ਦੁਪਹਿਰੇ ਜਦੋਂ 3 ਵਜੇ ਗਏ ਨਾ ਖਾਲਾ ਕੱਢਣ, ਹਾਂਜੀ ਉਦੋਂ ਹਲਕੀ ਹਲਕੀ ਭੂਰ ਆਈ ਸੀਗੀ, ਜਦੋਂ ਖਾਲਾ ਕੱਢਿਆ ਤੇ ਆ ਗਿਆ ਫਿਰ ਮੁੜ ਕੇ ਹੁਣ ਮੈਂ ਚਲੋ ਭਾਈ ਵੱਲ ਚੱਲੀਏ ਛਾਪਰ ਲਿਆ ਕੇ ਰੱਖ ਤੂੰ ਆਪਣੇ ਸਮਾਨ ਵਾਸਤੇ। ਚਲੋ ਜਿੰਨੇ ਦਿਨ ਛੱਤ ਨੀ ਪੈਂਦੀ ਹੈਗੀ, ਚਲੋ ਸਮਾਨ ਦੇ ਉੱਤੇ ਜਦੋਂ ਬਾਰਿਸ਼ ਬੁਰਸ਼ ਦਾ ਮੁਕਾਮ ਬਣੇ ਤੇ ਬਾਰਿਸ਼ ਪੇਟੀਆਂ ਦੇ ਉੱਤੇ ਨਾ, ਮਸਲਾ ਤੇ ਇਹ ਵੀ ਹੈ ਨਾ ਵੀ ਮੰਜੇ ਵੀ ਨੀ ਹੈ ਨਾ ਕਿਤੇ ਡਾ ਸਕਦੇ ਹੈਗੇ, ਬਾਕੀ ਪਰਲਿਆਂ ਦੇ ਕਮਰੇ ਹੈਗੇ ਉਹ ਵੀ ਸਮਾਨ ਨਾ ਫੁੱਲ ਹੈ, ਜੇ ਬਾਰਿਸ਼ ਆ ਜਾਵੇ ਤਾਂ ਬੱਚਿਆਂ ਨੂੰ ਲੈ ਕੇ ਕਿੱਥੇ ਬਣੇ। ਹਾਂ ਸਭ ਤੋਂ ਮੇਨ ਮਸਲਾ ਤੇ ਮਸਲਾ ਤੇ ਉਹਨਾਂ ਦੀ ਫੈਮਿਲੀ ਵੱਡੀ ਹੈ ਨਾ, ਉਹਨਾਂ ਦੀ ਫੈਮਿਲੀ ਵੱਡੀ, ਉਹਨਾਂ ਕੋਲ ਜਿਹੜੇ ਕਮਰੇ ਹੈਗੇ ਨੇ ਉਹਨਾਂ ਦੇ ਸਮਾਨ ਵੀ ਉਹਨਾਂ ਦਾ ਤੇ ਉਹਨਾਂ ਦੇ ਵੀ ਜਿਹੜੇ ਸਮਝਦਾ ਵੀ ਮੰਜੀਆਂ ਮੁੰਜੀਆਂ ਹਨ ਪੂਰੀਆਂ। ਸਹੀ ਹੈ, ਕਿਸੇ ਦੇ ਕਮਰੇ 'ਚ ਸਮਾਨ ਵੀ ਨਹੀਂ ਰੱਖ ਸਕਦੇ, ਸਮਾਨ ਵੀ ਜੋ ਪੂਰਾ ਨਾ ਮੰਨੀਏ ਲੈ ਸਕਦੇ ਹਾਂ। ਫਿਰ ਵੀ ਨਾ ਬਾਰਿਸ਼ ਵਾਸਤੇ ਲਿਆ ਕੇ ਰੱਖ, ਛਾਪਰ ਲਿਆ ਕੇ ਰੱਖ, ਕੋਸ਼ਿਸ਼ ਤੇ ਜਿੰਨੀ ਜਲਦੀ ਹੋ ਸਕਦਾ ਸਾਡੀ ਛੱਤ ਪੈ ਜਾਵੇ, ਤੇ ਉਮੀਦ ਕਰਾਂਗੇ ਕਿ ਜਿਹੜੇ ਬੈਨ ਵੀ ਸਾਨੂੰ ਸਪੋਰਟ ਕਰਨ ਵਾਲੇ ਆ ਉਹ ਥੋੜੇ ਥੋੜੇ ਕਰਕੇ 20-25 ਹਜ਼ਾਰ 30-30 ਹਜ਼ਾਰ ਕਰਕੇ ਉਹਦੀ ਛੱਤ ਫਾਈਨਲ ਕਰਵਾ ਦਈਏ ਜੀ। ਮੈਂ ਤਕਰੀਬਨ ਜਿੰਨੇ ਕੰਮ ਕੀਤੇ ਅੱਜ ਤੱਕ ਤਕਰੀਬਨ ਮੇਰਾ ਖਿਆਲ ਕਹਿੰਦਾ ਕਿ ਮੈਂ ਕਿਸੇ ਕੰਮ ਦੀ ਵੀ ਦੂਸਰੀ ਵੀਡੀਓ ਨਹੀਂ ਅਪਲੋਡ ਕੀਤੀ ਹੈਗੀ, ਅੱਜ ਇਹਨਾਂ ਦੇ ਘਰ ਦੀ ਛੱਤ ਦੀ ਜਿਹੜੀ ਨਾ ਜੀ ਇਹ ਦੂਸਰੀ ਵੀਡੀਓ ਅਪਲੋਡ ਕਰ ਰਹੇ ਸੀ। ਜਿਹੜੇ ਬੰਦੇ ਟੱਕਰਦੇ ਆ ਰਾਹ ਖੇੜੇ ਦੇ ਵਿੱਚ ਜਾਂਦੇ ਇਹੀ ਗੱਲ ਕਰਦੇ ਆ ਵੀ ਇਹਨਾਂ ਤੁਹਾਡਾ ਕੰਮ ਬੰਦ ਕਰ ਦਿੱਤਾ, ਅਸਲ ਵੀ ਇਹਨਾਂ ਤੁਹਾਡਾ ਕੰਮ ਬੰਦ ਕਰ ਦਿੱਤਾ, ਹੁਣ ਕੰਮ ਨਹੀਂ ਕਰਨਾ ਹੈਗਾ, ਅਸੀਂ ਕਿਹਾ ਅੱਲਾ ਖੈਰ ਕਰੇਗਾ ਉਹ ਕਰੇਗਾ, ਜੇ ਸ਼ੁਰੂ ਕੀਤਾ ਤਾਂ ਇਨਸ਼ਾਅੱਲਾ ਇਹਨੂੰ ਫਾਈਨਲ ਵੀ ਕਰਾਂਗੇ, ਜਿਨ੍ਹਾਂ ਨੇ ਜਿਹੜੇ ਗੱਲਾਂ ਕਰਦੇ ਉਹਨਾਂ ਦੇ ਮੂੰਹ ਅੱਡੇ ਤੇ ਅੱਡੇ ਰਹਿ ਜਾਣੇ ਇਨਸ਼ਾਅੱਲਾ, ਮੇਰੇ ਮੌਲਾ ਦੀ ਦੁਆ ਰਹੀ ਬਾਹਰਲੇ ਘਾਟ ਕਰਦੇ ਆਪਣੀਆਂ। ਹਾਂਜੀ ਚਲੋ ਜਿਹੜੇ ਟਿਕਚਰਾਂ ਕਰਦੇ ਉਹਨਾਂ ਦੇ ਮੂੰਹ ਵੀ ਬੰਦ ਹੋ ਜਾਣਗੇ, ਆ ਅੱਲਾ ਬਿਹਤਰ ਕਰੇਗਾ, ਕੋਈ ਕਿਸੇ ਨੂੰ ਖਾਂਦੇ ਨੂੰ ਦੇਖ ਨਹੀਂ ਸਕਦਾ ਹੈਗਾ। ਸਾਡੀ ਜੀ ਇੱਕੋ ਗੱਲ ਇਹ ਵੀ ਗੱਲ ਇਹ ਆ, ਅਸੀਂ ਪਹਿਲੇ ਨੰਬਰ 'ਤੇ ਭਾਈ ਨੂੰ ਆਖਿਆ ਕਿ ਭਾਅ ਜੀ ਨੇ ਸ਼ੁਰੂ ਕੀਤਾ ਹੈਗਾ ਵਾ, ਠੀਕ ਆ, ਸਾਨੂੰ ਬਾਹਰੋਂ ਜੇ ਸਮੇਂ ਲੈ ਦੋ ਇਹ ਗੱਲ ਕਰ ਦਿੰਦੇ ਆ ਬੰਦ ਹੋ ਗਿਆ, ਅਤੇ ਵਿੱਚੋਂ ਜਿਨ੍ਹਾਂ ਨੇ ਤੁਸੀਂ ਅੱਗੇ ਕਰਾਏ ਆ ਜਾਂ ਤੁਹਾਡੇ ਕੰਮ ਹੁੰਦੇ ਜਿਹੜੇ ਦੇਖਦੇ ਰਹੇ ਆ ਜਾਂ ਜਿਹੜੇ ਮਜ਼ਦੂਰੀ ਕੀਤੀ ਜਿਨ੍ਹਾਂ ਲੋਕਾਂ ਨੇ ਉਹ ਕੰਮਾਂ ਦੇ, ਉਹ ਵਿੱਚ ਦੋ ਤਸੱਲੀਆਂ ਦੇ ਦਿੰਦੇ ਆ ਵੀ ਕੋਈ ਨਹੀਂ ਯਾਰ ਜਿਸ ਕੰਮ ਨੂੰ ਉਹਨੇ ਹੱਥ ਪਾਇਆ ਉਹ ਤੋੜ ਹੀ ਕਰਕੇ ਛੱਡ ਜਾਏਗੇ ਨਹੀਂ ਤੁਹਾਨੂੰ ਛੱਡਦਾ। ਮੇਰੇ ਘਰ ਦਾ ਕੰਮ ਵੀ ਜਦੋਂ ਹੁੰਦਾ ਰਿਹਾ ਨਾ, ਮੇਰੇ ਘਰ ਦੇ ਕੰਮ ਦੇ ਵਿੱਚ ਜਿਹੜੇ ਬੰਦੇ ਇੱਥੇ ਕੰਮ ਲੱਗੇ ਰਹੇ ਨਾ ਮੇਰੇ ਕੋਲ ਮਜ਼ਦੂਰੀ 'ਤੇ, ਉਹਨਾਂ ਨੂੰ ਅਗਰ ਸ਼ਾਮ ਦਾ ਟਾਈਮ ਅਸੀਂ ਘੰਟਾ ਵੱਧ ਵੀ ਲਵਾਇਆ ਨਾ ਉਹਨਾਂ ਕੋਲੋਂ, ਅਤੇ ਉਹਨਾਂ ਨੂੰ ਉਸ ਹਿਸਾਬ ਨਾਲ ਮਜ਼ਦੂਰੀ ਡੇਲੀ ਰੂਟੀਨ ਦੇ ਹਿਸਾਬ ਨਾਲ ਵੱਧ ਦੇ ਕੇ ਭੇਜੀ ਉਹਦੀ ਅਸੀਂ, ਅਤੇ ਬਾਕੀ ਦੇਰ ਸਵੇਰ ਹੁੰਦੀ ਰਹਿੰਦੀ ਹੈ, ਅੱਲਾ ਬਿਹਤਰ ਕਰੇਗਾ। ਹਾਂਜੀ ਅੱਲਾ ਬਿਹਤਰ ਕਰੇਗਾ। ਜਿਨ੍ਹਾਂ ਦੇ ਘਰ ਕੰਮ ਕਰਦੇ ਉਹਨਾਂ ਦੇ 4 ਹਜ਼ਾਰ ਤੁਹਾਡੇ ਉੱਤੇ ਸਿਰ ਕਰਦਾ ਚੜ ਗਿਆ, ਉਹ ਕਿਹੜੀ ਸ਼ਾਇਦ ਆ, ਬਸ ਲੈ ਲੈ ਖਾ ਲੈ ਘਰ ਦੇ ਸੌਦੇ ਨਹੀਂ ਪੂਰੇ ਹੁੰਦੇ, ਬੱਚਿਆਂ
10 ਦਿਨ ਅੱਜ ਤੋਂ ਬਾਅਦ 10 ਦਿਨ ਰਹਿ ਗਏ ਈਦ ਦੇ ਵਿੱਚ। ਈਦ ਆ ਗਈ ਹੈ, ਈਦ ਅੱਲਾ ਖੈਰ ਕਰੇ ਅਤੇ ਕੋਸ਼ਿਸ਼ ਤਾਂ ਇਹੀ ਆ ਕਿ ਈਦ ਤੋਂ ਪਹਿਲੇ ਪਹਿਲੇ ਤੁਹਾਡੀਆਂ ਛੱਤਾਂ ਪੈ ਜਾਣ। ਚਲੋ ਤੁਸੀਂ ਆਪਣਾ ਸਮਾਨ ਚੱਕ ਕੇ ਅੰਦਰ ਆਹੋ, ਪਲਸਤਰ ਤਾਂ ਕੋਈ ਨਹੀਂ, ਪਲਸਤਰ ਦਾ ਤਾਂ ਅੱਲਾ ਖੈਰ ਕਰਿਓ, ਕਿਸੇ ਨਾ ਕਿਸੇ ਨੂੰ ਕਹਿ ਕੇ 20 ਬੋਰੀਆਂ ਸੀਮਟ ਹੋ ਜਾਂਦਾ ਅੰਦਰੋਂ ਬਾਹਰ ਪਲਸਤਰ ਹੋ ਜਾਣਾ, ਅਤੇ ਥੱਲੇ ਰੋੜਾ ਕੁੱਟ ਕੇ ਉੱਤੇ ਸੀਮਟ ਬਜਰੀ ਦਾ ਫਰਸ਼ ਉਹ ਕੱਸ ਦੇਵਾਂਗੇ। ਚਲੋ ਉਹਨਾਂ ਕੰਮ ਜਲਦੀ ਹੋ ਜਾਏਗਾ ਨਾ, ਅਤੇ ਬਾਕੀ ਬਾਹਰ ਜਿਹੜੇ ਵਾਸ਼ਰੂਮ ਰਹਿ ਗਿਆ ਵਾਸ਼ਰੂਮਾਂ ਦਾ ਫਿਰ ਹਿਸਾਬ ਕਿਤਾਬ ਲਾ ਲਵਾਂਗੇ। ਹਾਂਜੀ ਉਹ ਵੀ ਲਾ ਜਾਏਗਾ, ਬਾ ਕੋਸ਼ਿਸ਼ ਰਹੀ ਵੀ ਪਹਿਲਾਂ ਪਹਿਲਾਂ ਇਹ ਕਿਤੇ ਹੋ ਜਾ, ਜਿਵੇਂ ਬਾਰਿਸ਼ਾਂ ਆ ਰਹੀਆਂ ਨਾ ਬਹੁਤ, ਜਿਹੜਾ ਨਾ ਬੱਚੇ ਵੀ ਬਾਹਰ ਛੱਤ ਪਈ ਹੋ ਗਿਆ ਪਰੇਸ਼ਾਨੀ ਨਹੀਂ ਹੁੰਦੀ ਬੰਦਾ, ਚਲੋ ਇਹ ਆ ਵੀ ਵਕਤੀ ਤੌਰ ਕੁਛ ਵੀ ਨਹੀਂ ਛੱਤ ਉੱਤੇ ਹੈਗੀ ਆ, ਬੰਦਾ ਆਪਣਾ ਅੰਦਰ ਬਿਲਕੁਲ ਸਮਾਨ ਚੱਕ ਕੇ ਅੰਦਰ ਰੱਖ ਲੈਂਦਾ ਜੀ, ਸੇਫ ਹੋ ਜਾਂਦਾ ਹੈ, ਸਮਾਨ ਰੱਖ ਲੈਂਦਾ ਹੈ। ਅੱਲਾ ਪਾਕ ਨੇ ਰੰਗ ਲਾਏ ਉਹ ਸਾਰਿਆਂ ਦੇ ਸਾਹਮਣੇ ਹੀ ਆ, ਠੀਕ ਹੈ। ਅਗਰ ਕੋਈ ਕੰਮ, ਹਾਂਜੀ, ਅਗਰ ਕੋਈ ਕੰਮ ਨਹੀਂ ਵੀ ਹੁੰਦਾ ਹੈਗਾ, ਹੁਣ ਸ਼ਾਦੀ ਵਾਲਾ ਵੇਖ ਲਓ, ਜਿਹੜਾ ਸ਼ਾਦੀ ਕਰਾਈ ਹੈ ਬੱਚੇ ਦੀ, ਚਾਚੂ ਦੀ ਬੇਟੀ ਦੀ ਔਰ ਚਾਚੇ ਦੀ, ਸਾਰਾ ਕਰਕੇ ਅਤੇ ਨਿਜ਼ਾਮ ਅਲਹਮਦੁਲਿਲਾ ਸਾਰਾ ਬਿਹਤਰੀਨ ਕਰ ਦਿੱਤਾ। ਉਸ ਤੋਂ ਪਹਿਲੇ, ਉਸ ਤੋਂ ਬਾਅਦ ਤਕਰੀਬਨ ਕਾਫੀ ਸਾਰੀਆਂ ਸ਼ਾਦੀਆਂ ਹੋਰ ਬੱਚਿਆਂ ਦੀਆਂ ਕਰਵਾਈਆਂ, ਉਹ ਇੱਦਾਂ ਹੀ ਜਾਂ ਕੋਈ ਸ਼ਾਇਦ ਨਹੀਂ ਵੀ ਥੋੜ੍ਹਦੀ ਵੀ ਆ ਤਾਂ ਆਪਣੇ ਕੋਲੋਂ ਦਿੱਤੀ, ਉਹਨਾਂ ਨੂੰ ਵਿਆਹ ਲਓ, ਕਦੀ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਹੈਗਾ। ਅਤੇ ਬਾਕੀ ਜੀ ਅੱਲਾ ਪਾਕ ਬਿਹਤਰ ਕਰੇਗਾ। ਮੇਰੇ ਵਾਸਤੇ ਤਾਂ ਉਹ ਮੇਰੇ ਮਾਂ ਜੀ ਹੁਣੀ ਨਾ ਇੱਕ ਅੱਲਾ ਪਾਕ ਨੇ ਫਰਿਸ਼ਤਾ ਬਣਾ ਕੇ ਭੇਜੇ, ਔਰ ਉਹਨਾਂ ਦੀ ਮੰਗੀ ਹੋਈ ਦੁਆ ਮੇਰੇ ਹੱਕ ਦੇ ਵਿੱਚ, ਅੱਲਾ ਪਾਕ ਪਤਾ ਨਹੀਂ ਆਪਣੀ ਬਾਰਗਾਹ 'ਚ ਪਹਿਲੇ ਹੀ ਇੰਤਜ਼ਾਰ 'ਚ ਬੈਠਾ ਸੀਗਾ ਵੀ ਇਹ ਬੰਦੇ ਨੇ ਦੁਆ ਮੰਗਣੀ ਆ ਅਤੇ ਉਹ ਮੈਂ ਕਬੂਲ ਕਰਨੀ ਆ। ਮੈਨੂੰ ਕੋਈ ਪਤਾ ਨਹੀਂ ਹੈਗਾ ਕਿ ਪੈਸੇ ਕਿੱਥੋਂ ਆ ਰਹੇ ਆ, ਕਿੱਧਰ ਜਾ ਰਹੇ ਆ, ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ ਹੈਗਾ, ਅਤੇ ਬਸ ਕੰਮ ਹੋਈ ਜਾ ਰਿਹਾ ਅੱਲਾ ਦੀ ਰਾਹ ਦੇ ਵਿੱਚ, ਰਫਾਈ ਅੰਮਾ ਦੇ। ਬਾਕੀ ਅੱਲਾ ਪਾਕ ਬਿਹਤਰ ਕਰੇਗਾ ਜੀ। ਇੱਕ ਦਫ਼ਾ ਫਿਰ ਮੈਂ ਸਾਰੇ ਭੈਣ ਭਾਈ ਰਿਕੁਐਸਟ ਕਰਦਾ ਜਿੰਨੇ ਮੈਨੂੰ ਦੇਖਣ ਵਾਲੇ ਆ ਜੀ, ਸਪੋਰਟ ਕਰਨ ਵਾਲੇ ਸਾਰਿਆਂ ਅੱਗੇ, ਕਿ ਇਸ ਫੈਮਿਲੀ ਦੇ ਘਰ ਦੇ ਮਕਾਨਾਂ ਦੀ ਛੱਤ ਪਾਉਣੀ ਆ, ਅਤੇ ਸਾਰਿਆਂ ਅੱਗੇ ਰਿਕੁਐਸਟ ਆ ਕਿ ਸਾਰੇ ਜਣੇ ਮਿਲ ਕੇ ਥੋੜ੍ਹਾ ਥੋੜ੍ਹਾ ਧੱਕਾ ਲਾਓ, ਲਾ ਕੇ ਇਹਨਾਂ ਦੀ ਛੱਤ ਪਵਾਈਏ ਜੀ, ਤਾਂ ਕਿ ਇਹ ਫੈਮਿਲੀ ਆਪਣੇ ਕਮਰਿਆਂ ਵਿੱਚ ਆਪਣਾ ਸਮਾਨ ਚੱਕ ਕੇ ਰੱਖਣ ਵਾਲੇ ਬਣਨ ਔਰ ਖੁਸ਼ਹਾਲ ਹੋ ਜਾਣ। ਬਾਕੀ ਅੱਜ ਵਾਲੀ ਵੀਡੀਓ ਕਰਾਂਗੇ ਇੱਥੇ ਐਂਡ। ਖੁਦਾ ਹਾਫਿਜ਼।